صلوات اللہ ہزار سجدے زمین حرم پہ ہوں لیکن ہزار سجدے زمین حرم پہ ہوں لیکن نصیب روح عبادت نہیں تو کچھ بھی نہیں. بتا دیا نبی کے طول سجدے نے حسین تیری محبت نہیں تو کچھ بھی نہیں. اللہ ماتمیوں کی زندگی دراز کرے. آج کے دن کا صدقہ مالک میرے بھائیوں کی محنت کاوش کوشش کو قبول فرمائے. مالک دعا مانگو اس وارث ذکر کہا کی وارث سلطان زمان کے ظہور میں تاجیل فرمائے. باواز بلند جواب نے میں عزت ماں کے حوالے ممبر کروں. یا امام المنتظر, سارے پکارے وقت کے امام کو. یا امام المنتظر, یا امام المنتظر, یا امام المنتظر, یا امام المنتظر. او بسم اللہ. صلوات سر سلام. قبولیت مجلس عذاب باواز بلند صلوات. بانیان دے وسط رزق دی خاطر بھی صلوات سر سلام. بیمار مومنین و مومنات دی صحت یابی واسطے صلوات سر سبحان اللہ. ولی اللہ سر امام زمانہ علیہ السلام دے جل ظہور واسطے صلوات. بسم اللہ الرحمن الرحیم. اللہم کل ولیک الحجت ابن الحسن علیہ السلام صلواتک علیہ وعلیٰ ابیہ فی حاضر حسات وفی کل سا ولیم وحافظم وقائد وناصرم ودلیلم وائنن حتی تسکنہ ورزکتون وتمتعہ فیہ طویلا. یا رب محمد وآل محمد واجل فرج آل مالک اللہ ساڈی کلیل عبادت قبول فرما. اے نو دس دن دی نوکری لنگر نیاز خرچ اخراجات ماتم داریاں رومن روامن قائم دے دربار اچ قبول فرما. مجلس آزاد دا واسطے ہی اج دے دن دا صدقہ مالک پائی موسن رانو کامیابی و کامرانی عطا فرما. عزت رزق بخت اچ اضافہ فرما. انہاں دے گھر تے مالک رحمتاں برکتاں دا نزول فرما. مالک اس گھر جڑی کوئی کمی ہے تو علا کل شین قدیر ہیں بہتر جاننا. باب الحوائز سرکار علی اصغر دا صدقہ کمی نو دور فرما. میرے ذمے دعائیں مومنین دیاں شرف قبولیت عطا فرما. نازک دورے ہر آزادار نو ولی الاسر دے دسترخان چوں وسیع رزق عطا فرما.
ਐਸਾ ਰਿਜ਼ਕ ਦੇ ਜਿਹਦੇ 'ਚ ਪਾਕ ਬਤੂਲ ਦੇ ਪੁੱਤਰਾਂ ਦਾ ਹਿੱਸਾ ਹੋਵੇ। ਕਾਇਮ ਦਾ ਜਲ ਜ਼ਹੂਰ ਫਰਮਾ, ਸਾਨੂੰ ਸਾਰਿਆਂ ਨੂੰ ਸਰਦਾਰ ਦੀ ਕਦਮ ਬੋਸੀ ਦੀ ਤੋਫੀਕ ਅਤਾ ਫਰਮਾ। ਦੁਆਵਾਂ ਦੀ ਕਬੂਲੀਅਤ ਵਾਸਤੇ ਸਲਵਾਤ ਸਰ ਸਭਾ ਦਸ ਮੁਹੱਰਮ ਏ। ਇਜਾਜ਼ਤ ਹੈ ਜੀ, ਸ਼ੁਰੂ ਕਰੀਏ। ਇੰਨਾ ਲਿਲਾਹੇ ਵਾ ਇੰਨਾ ਇਲੈਹਿ ਰਾਜਿਊਨ। ਦਸ ਮੁਹੱਰਮ ਕੁਛ ਦਿਨ ਕੁਛ ਵਕਤ ਦਾ ਮਹਿਮਾਨ ਰਹਿ ਗਿਆ ਜ਼ੈਨਬ ਦਾ ਬਿਰਾ। ਬਿਲਕੁਲ ਥੋੜ੍ਹਾ ਜਿਹਾ ਮੈਂ ਸਦਕੇ ਜਾਵਾਂ। ਜਿਹੜਾ ਹੁਣ ਟਾਈਮ ਏ ਤਵੱਜੋ ਸਾਰਿਆਂ ਦੀ ਮੇਰੇ ਪਾਸੇ, ਰੋਵਣ ਦੀ ਸਬੱਬ ਏ ਹੰਝ ਆ ਜਾਏ ਧੀ ਅਲੀ ਦੀ ਕਬੂਲ ਕਰ ਲਵੇ। ਜਿਹੜਾ ਇਹ ਟਾਈਮ ਏ ਹੁਣ ਮਕਾਉਣੀ ਮਾਤਮੀਆਂ ਉਹ ਆਜ਼ਾਦਾਰਾਂ ਉਹ ਅੱਲਾ ਤੁਹਾਡਿਆਂ ਕਰਾਂ ਨਬਾਦ ਰੱਖੇ। ਇਸ ਟਾਈਮ ਜ਼ਹਰਾ ਦਾ ਲਾਲ ਅਸਗਰ ਨੂੰ ਚਾ ਕੇ ਪਾਣੀ ਮੰਗਦਾ ਪਿਆ, ਹੁਣ ਮੰਗਦਾ ਪਿਆ। ਮੈਂ ਸਦਕੇ ਜਾਵਾਂ। ਫਰਮੈਂਦੇ ਆਉਂਦਿਆਂ ਇਨ ਬਜ਼ੁਰਗ ਦੇਖ ਲੇਤੀ ਥੀ ਸਕੀਨਾ, ਜਬ ਕਭੀ ਬੱਚਾ ਕੋਈ ਦੇਖ ਲੇਤੀ ਥੀ ਸਕੀਨਾ, ਜਬ ਕਭੀ ਬੱਚਾ ਕੋਈ ਰੋ ਕੇ ਕਹਿਤੀ ਥੀ ਮੁਝੇ ਦੇ ਦੋ ਖਿਲਾਨੇ ਕੇ ਲੀਏ। ਬੀਬੀ ਆਖਿਆ ਥਾ ਮੇਰਾ ਵੀ ਏਕ ਭਾਈ, ਜਬ ਕਭੀ ਬਸਤੇ ਥੇ ਹਮ ਲੈ ਗਏ ਬਾਬਾ ਉਹਨੇ ਪਾਣੀ ਪਿਲਾਨੇ ਕੇ ਲੀਏ। ਮੈਂ ਸਦਕੇ ਜਾਵਾਂ। ਅੱਜ ਦਸ ਮੁਹੱਰਮ ਦਾ ਦਿਨ ਬਾਬੁਲ ਹਵਾਈ ਦੀ ਪੀਂਘਾ ਪਾਕ ਬਰਾਮਦ ਹੋਣਾ ਹੈ, ਤੁਸਾਂ ਜ਼ਿਆਰਤ ਕਰਨੀ ਹੈ, ਫਿਰ ਮਾਤਮ ਕਰਨਾ ਹੈ। ਥੱਕ ਜਾਣਾ ਤਕਾਜ਼ਾ ਬਸ਼ਰੀਅਤ ਹੈ, ਲੇਕਿਨ ਅੱਜ ਤੁਸੀਂ ਉਹਦੇ ਮੰਤਾਦਾਰ ਬੈਠੇ ਹੋ, ਉਹਦੇ ਮਾਤਮੀ ਬੈਠੇ ਹੋ ਜਿਹੜਾ 72 ਚਾਹ ਕੇ ਨਹੀਂ ਥੱਕਿਆ। ਮੈਂ ਸਦਕੇ ਜਾਵਾਂ। ਤੱਸੇ ਹੁਸੈਨ ਪੁੱਤਰਾਂ ਅਤੇ ਭਰਾਵਾਂ ਦੀ ਮੌਤ ਦਾ ਮੁੱਕਾ ਹੋਇਆ ਹੁਸੈਨ, ਲਾਸ਼ਾਂ ਚਾ ਚਾ ਥੱਕਾ ਹੋਇਆ ਹੁਸੈਨ, ਬੈਠੇ ਸਾਰੇ ਤਵੱਜੋ 'ਚੋਂ ਮੈਂ ਇੱਕ ਇਸ਼ਾਰਾ ਕਰਾਂ ਤੇਰੀ ਹਾਇ ਨਿਕਲ ਜਾਏਗੀ। ਇੰਜ ਜ਼ਖਮੀ ਬਾਂਹ ਰੱਖੀ ਨੇ ਸਰ 'ਤੇ, ਫੌਜਾਂ ਤੋਂ ਦੇਖ ਕੇ ਇੱਕ ਗੱਲ ਕੀਤੀ ਹੈ ਇਮਾਮ, ਫਰਮਾਇਆ ਕੋਈ ਹੈ ਜਿਹੜਾ ਮੇਰੀਆਂ ਭੈਣਾਂ ਦੇ ਪਰਦੇ ਬਚਾਏ? ਤੁਹਾਡੇ 'ਚ ਕੋਈ ਹੈ ਜਿਹੜਾ ਜ਼ਹਰਾ ਦੀਆਂ ਧੀਆਂ ਦੇ ਪਰਦੇ ਬਚਾਏ? ਲਾਸ਼ਾਂ ਤੜਪੀਆਂ ਮਕਾਣੀਆਂ, ਉਹ ਲਾਸ਼ਾਂ ਤੜਪੀਆਂ ਨੇ, ਇੱਕ ਲਾਸ਼ ਉੱਠੀ ਹੈ ਜਿਹਦੇ ਦੋਵੇਂ ਬਾਜ਼ੂ ਕੋਈ ਨਾ ਹੈ। ਮੈਂ ਸਦਕੇ ਜਾਵਾਂ ਜੀ। ਤੈਨ ਬਣਾਉਣਾ, ਤਬੀਅਤ ਬਣਾਉਣੀ ਹੈ, ਪੜ੍ਹਨਾ ਸਿਰਫ ਮਸਾਹਿਬ ਦੋ ਵਹਿਣ ਕਰਨੇ ਇਬਾਦਤ ਵਾਸਤੇ। ਲਾਸ਼ ਤੜਪੀਏ ਬਿਨ ਬਾਜ਼ੂਆਂ ਦੇ ਉੱਠੀਏ ਵੱਤ ਆਈਏ ਜ਼ਮੀਨ 'ਤੇ, ਹਰ ਕੱਪੀ ਹੋਈ ਰਾਗ 'ਚ ਆਵਾਜ਼ ਆਈਏ ਭੈਣ ਭਰਾ ਦੀ ਚੁੱਪ ਖਾ ਗਈ।
ਮੈਂ ਤੇ ਸਿੱਖਦਾ ਠੁਰਿਆ, ਮੈਂ ਸਦਕੇ ਜਾਵਾਂ। ਮਾਤਮ ਦੀ ਆਵਾਜ਼ ਜੋ ਮੇਰੇ ਇਮਾਮ ਤੇ ਗੰਨ ਤੇ ਆਈ ਹੈ ਨਾ, ਤੇ ਜ਼ਖਮੀ ਜ਼ਹਰਾ ਦਾ ਲਾਲ ਫਿਰ ਘਰ ਆਏ। ਰਬਾਬ ਨੂੰ ਫਰਮਾਇਆ ਨੇ, ਖੈਰੇ ਹਾਏ ਮੈਂ ਸਦਕੇ ਜਾਵਾਂ। ਰੋ ਕੇ ਆਦੀਏ, ਮੌਲਾ ਜਿਸ ਵੇਲੇ ਦਾ ਤੂੰ ਆਖਿਆ ਨਾ ਮੈਂ ਗਰੀਬ ਹੋ ਗਿਆ, ਤੇਰਾ ਇਹ ਪੁੱਤਰ ਪੀਂਘ 'ਚ ਸੌਂਦਾ ਹੀ ਨਹੀਂ, ਜਣ ਪਾਉਂਦਾ ਹੈ, ਕੂਣੀਆਂ ਦੇ ਬਾਹਰ ਟੁਰਦਾ ਹੈ, ਅਤੇ ਇੱਕੋ ਹੀ ਗੱਲ ਕਰਦਾ ਹੈ, ਬਾਬਾ ਅਕਬਰ ਦੇ ਕਾਤਲਾਂ ਤੋਂ ਮਦਦਾਂ ਨਾ ਮੰਗ, ਮੈਂ ਸਦਕੇ ਜਾਵਾਂ। ਹਾਏ ਸ਼ਾਮਿਲ ਹੋਣਾ ਜੀ ਸਾਰੇ, ਅਕਬਰ ਦੇ ਕਾਤਲਾਂ ਤੋਂ ਨਾ ਮਦਦਾਂ ਮੰਗ, ਮੈਨੂੰ ਚਾਹ ਕੇ ਲੈ ਚੱਲ। ਇੰਜ ਕਰਕੇ ਦੋਵੇਂ ਤਲੀਆਂ ਇਮਾਮ ਜ਼ਮੀਨ 'ਤੇ ਟੇਕੀਆਂ। ਨਸਗਰ ਝੁੱਕ ਕੇ ਫਰਮਾਇਆ ਨੇ, ਅਸਗਰ ਨਾ ਤਾਂ ਤੂੰ ਘੋੜੇ 'ਤੇ ਚੜ੍ਹ ਸਕਦਾ ਹੈ, ਨਾ ਤੂੰ ਤਲਵਾਰ 'ਚ ਆ ਸਕਦਾ ਹੈ, ਲੜ ਸੇ ਕਿਵੇਂ, ਤੱਸੇ ਲੱਭ ਹੱਲੇ। ਆਵਾਜ਼ ਆਈਏ, ਬਾਬਾ ਨਾ ਲੜ ਸਕਦਾ, ਲੇਕਿਨ ਪੁੱਤਰ ਤੈਂ ਹੁਸੈਨ ਦਾ ਸਬਰ ਤਾਂ ਕਰ ਸਕਦਾ, ਮੈਨੂੰ ਚਾਹ ਕੇ ਲੈ ਜਾ। ਇਮਾਮ ਫਰਮਾਇਆ, ਰਬਾਬ ਜੀ ਸਰਦਾਰ ਫਰਮਾਇਆ, ਤੇਰੀ ਇਜਾਜ਼ਤ ਹੋਵੇ ਮੈਂ ਤੇਰੇ ਅਸਗਰ ਨੂੰ ਪਾਣੀ ਪਿਲਾ ਕੇ ਲੈ ਆਵਾਂ, ਮੈਂ ਵਹਿਣ ਦੇ ਕਰੀਬ ਹਾਂ ਜੀ। ਬੀਬੀ ਆਦੀਏ, ਮੈਂ ਜਾਣਦੀ ਹਾਂ ਸਵੇਰ ਦਾ ਜਿਹੜਾ ਗਿਆ ਹੈ ਪਾਣੀ ਪੀਵਾਂ, ਫਿਰ ਆਇਆ ਨਹੀਂ, ਮੈਂ ਜਾਣਦੀ ਹਾਂ ਇਸ ਜਿਹੜਾ ਪੀਣਾ, ਲੇਕਿਨ ਇਕਰਾ ਦਾ ਰੁਕੋ, ਮੈਨੂੰ ਅਸਗਰ ਤਿਆਰ ਕਰਨ ਦਿਓ। ਲੋਕ ਇਹ ਨਾ ਆਖਣ ਅਸਗਰ ਕਿਸੇ ਗਰੀਬ ਮਾਂ ਦਾ ਪੁੱਤਰ ਆ, ਮੈਂ ਸਦਕੇ ਜਾਵਾਂ। ਮਾਤਮ ਕਰਨ ਵਾਲਿਆਂ ਦੇ ਘਰ ਵਸੇ, ਮੇਰੀ ਸੈਣ ਨੇ ਪੁੱਤਰ ਨੂੰ ਚਾਇਆ ਆਪਣੇ ਖੈਮ, ਜਾਣ ਦਿਓ ਛੋਟਿਆਂ ਬੱਚਿਆਂ ਨੂੰ ਮਾਵਾਂ ਜਿਵੇਂ ਚਾਹੁੰਦੀਆਂ, ਇਸ ਅੰਦਾਜ਼ ਨਾਲ ਚਾਹ ਕੇ ਝੋਲੀ 'ਚ ਪਾ ਕੇ ਮਿੱਟੀ 'ਤੇ ਬਹਿ ਗਈ। ਤਿਆਰ ਪੁੱਤਰ ਕਰਕੇ ਮੇਰੀ ਸੈਣ ਅੰਜ ਪੁੱਤਰ ਨੂੰ ਡਿੱਠਾ, ਪਰੇਸ਼ਾਨੀ ਚੁੰਮ ਕੇ ਬੀਬੀ ਆਦੀ, ਅਸਗਰ ਤੂੰ ਜਾਂਦਾ ਪਿਆ ਬਾਬੇ ਨਾਲ ਮੈਦਾਨ, ਅਤੇ ਮੇਰਾ ਲਾਲ ਤੂੰ ਹੁਣੇ ਪਹੁੰਚਣਾ ਜੰਨਤ, ਮੇਰਾ ਖਿਆਲ ਹੈ ਹਾਏ ਨਿਕਲ ਜਾਏਗੀ। ਬੈਠੇ ਸਾਰੇ ਮਾਤਮੀ ਅਸਗਰ ਦਿਨ, ਰਬਾਬ ਦੇ ਪੁੱਤਰ ਨੂੰ ਰੋਣ ਵਾਲੇ ਸਾਰੇ ਬੈਠੇ ਨੇ, ਹਾਏ ਨਿਕਲ ਜਾਏਗੀ। ਫਰਮਾਇਆ ਤੂੰ ਜਾਣਾ ਮੈਦਾਨ, ਪਹੁੰਚਣਾ ਜੰਨਤ, ਜੰਨਤ ਦੇ ਦਰਵਾਜ਼ੇ 'ਤੇ ਤੇਰੀ ਦਾਦੀ ਕੌਸਰ ਲੈ ਕੇ ਖਲੋਤੀ ਉਸ, ਤੈਨੂੰ ਆਉਂਦਿਆਂ ਆਖ ਸੀ ਆ ਅਸਗਰ ਪਾਣੀ ਪੀ, ਮੇਰਾ ਲਾਲ ਪੀਵੀ ਨਾ। ਅੰਮਾ ਕਿਉਂ ਰੋ ਕੇ ਆਦੀ, ਜਿਸ ਵੇਲੇ ਦਾਦੀ ਆਖੀ ਨਾ ਪਾਣੀ ਪੀ, ਦਾਦੀ ਨੂੰ ਆਖੇ ਦਾਦੀ ਕਿਵੇਂ ਪੀਵਾਂ, ਕਰਬਲਾ 'ਚ ਮੇਰਾ ਬਾਬਾ ਤੱਸੈ, ਮੇਰੀਆਂ ਭੈਣਾਂ ਤੱਸੀਆਂ, ਮੇਰੀਆਂ ਮਾਵਾਂ ਤੱਸੀਆਂ, ਮੇਰੀਆਂ ਫੁੱਫੀਆਂ ਤੱਸੀਆਂ, ਸਦਕੇ ਜਾਓ, ਅੱਲਾ ਤੁਹਾਡੀ ਹਾਏ ਕਬੂਲ ਕਰੇ। ਤਿਆਰ ਕਰਕੇ ਮੇਰੀ ਸੈਣ ਪੁੱਤਰ ਸ਼ਕੀਨਾ ਨੂੰ ਅੰਗਲ ਨਾਲ ਲਾਇਆ, ਜਿੱਥੇ ਦੋਵੇਂ ਭੈਣ ਭਰਾ ਖਲੋਤੇ ਆਏ ਨਾ, ਇੰਜ ਕਰਕੇ ਬਿਸਮਿਲ੍ਲਾ ਪੜ੍ਹ ਕੇ ਅਸਗਰ ਨੂੰ ਚਾਹ ਕੇ ਹੁਸੈਨ ਦੇ ਹੱਥਾਂ 'ਤੇ ਰੱਖਿਆ। ਸ਼ਕੀਨਾ ਨੂੰ ਅਲੀ ਦੀ ਧੀ ਦੇ ਸਾਹਮਣੇ ਖੜ੍ਹਾ ਕਰਕੇ, ਬੀਬੀ ਆਦੀ ਹੁਸੈਨ ਮੈਂ ਤੁਹਾਡੇ ਵਿਹੜੇ ਆਈ ਆਈ ਅਤੇ ਦੋ ਮੋਤੀ ਮਿਲੇ ਹਨ, ਇੱਕ ਪੁੱਤਰ ਅਤੇ ਇੱਕ ਧੀ, ਪੁੱਤਰ ਹੁਸੈਨ ਦੇ ਹਵਾਲੇ, ਹੁਸੈਨ ਜਾਣੇ ਅਸਗਰ ਜਾਣੇ ਅਤੇ ਕਰਬਲਾ, ਬੀਬੀ ਆਦੀਏ ਧੀ ਜ਼ੈਨਬ ਦੇ ਹਵਾਲੇ, ਧੀ ਜਾਣੇ ਜ਼ੈਨਬ ਜਾਣੇ ਅਤੇ ਸ਼ਾਮ ਦੇ ਬਾਜ਼ਾਰ ਜਾਣੇ, ਮੈਂ ਸਦਕੇ ਜਾਵਾਂ ਜੀ। ਤਿਆਰੀ ਕਰਿਆ, ਅੱਲਾ ਤੁਹਾਡੀਆਂ ਹਾਏ ਕਬੂਲ ਕਰ, ਮੈਂ ਸਦਕੇ ਜਾਵਾਂ। ਮੇਰੇ ਸਰਦਾਰ ਨੇ ਇੰਜ ਕਰਕੇ ਅਸਗਰ ਨੂੰ ਚਾਹ ਕੇ ਹਾਂ ਨਾਲ ਲਾ ਕੇ ਟੁਰਿੰਦ, ਮੇਰੀ ਸੈਣ ਅੱਗੋਂ ਵੱਲ ਆਏ, ਮੈਂ ਇੱਕ ਵਹਿਣ ਕਰਾਂਗਾ ਤੇਰੀ ਬੇਸਾਖਤਾ ਹੱਜ ਵੱਜ ਪਵੇ ਦੀ, ਮਸਕੀਨ ਸੈਦ ਨੂੰ ਦੁਆ ਕਰਿਆ। ਇੰਜ ਮੇਰੀ ਸੈਣ ਸਾਹਮਣੋਂ ਆ ਗਈ, ਹੱਥ ਬੰਨ ਕੇ ਆਦੀ ਹੈ, ਮੌਲਾ ਮੈਂ ਹਾਂ ਤੇਰੇ ਪੁੱਤਰ ਦੀ ਮਾਂ, ਇੱਕ ਮਿਹਰਬਾਨੀ ਕਰੋ। ਫਰਮਾਇਆ ਦੱਸ। ਰੋ ਕੇ ਆਦੀ ਅਸਗਰ ਨੂੰ ਇੰਜ ਨੱਚਾ,
ਇਮਾਮ ਫਰਮਾਏ ਕਿਵੇਂ ਚਾਹਵਾਂ? ਬੀਬੀ ਆਦੀ ਅਸਗਰ ਨੂੰ ਇੰਜ ਚਾਹ ਸੱਯਦ ਆਦਾ, ਇਹਦੀ ਵਜ੍ਹਾ ਬੀਬੀ ਆਦੀ, ਇਹਦੀਆਂ ਦੋ ਵਜ੍ਹਾ ਨੇ। ਇੱਕ ਤਾਂ ਮੈਂ ਹਾਂ ਮਾਂ, ਤੁਹਾਡਾ ਮੂੰਹ ਹੋਣਾ ਮੈਦਾਨ ਦੋ, ਅਸਗਰ ਦਾ ਮੂੰਹ ਹੋਣਾ ਖਿਆਮ ਦੋ, ਮੈਂ ਆਪਣੇ ਜਾਂਦੇ ਹੋਏ ਮੁਜਾਹਿਦ ਦਾ ਮੂੰਹ 'ਤੇ ਵੇਦੀ ਰਵਾਂ, ਹੈ ਮੈਂ ਸਦਕੇ ਜਾਵਾਂ। ਬੀਬੀ ਆਦੀ ਦੂਜਾ, ਗਰਮੀ ਬੜੀ ਏ ਮੌਲਾ, ਖਿਆਮ ਤੋਂ ਮੈਦਾਨ ਤੱਕ ਤੁਹਾਡੇ ਸਰ ਦਾ ਸਾਇਆ ਅਸਗਰ ਦੇ ਸਰ ਤੇਰਾ ਸੀ। ਇਮਾਮ ਇੰਝ ਚਾਹ ਕੇ ਟੁਰੇਂ, ਜਿਸ ਲਖੈਮਿਆਂ 'ਚੋਂ ਨਿਕਲਣ ਨਾ ਤਾਂ ਦੂਰੋਂ ਫੌਜੀਆਂ ਡਿੱਠਾ, ਇਹਨਾਂ ਲਾਂਤੀਆਂ ਆਖਿਆ ਹੁਸੈਨ ਦਾ ਰਿਹਾ ਕੋਈ ਨਹੀਂ, ਕੁਰਾਨ ਲੈ ਆਇਆ, ਇਹਦੀ ਮੰਨਣੀ ਨਹੀਂ, ਇਹਨੂੰ ਵਾਪਸ ਇੰਝ ਟੁਰੋ ਜਿਵੇਂ ਇਹਦੀ ਮਾਂ ਵਾਪਸ ਗਈ ਹੈ। ਮੈਂ ਸਦਕੇ ਜਾਵਾਂ, ਇਮਾਮ ਫਰਮਾਇਆ ਕੁਰਾਨ ਨਹੀਂ ਨੱਤ ਕੇ ਕੁਰਾਨ ਦਾ ਇੱਕ ਵਰਗ, ਮੇਰੇ ਛਿਆਂ ਮਹੀਨਿਆਂ ਦੇ ਬੱਚੇ ਦਾ ਕੋਈ ਕਸੂਰ ਨਹੀਂ, ਦੋ ਘੁੱਟ ਪਾਣੀ ਦਿਓ ਚਾਹ ਮੇਰਾ ਪੁੱਤਰ ਮਰਨ ਨਾਲ, ਇਹ ਤੁਹਾਡੇ ਨਾਲੋਂ ਮਾਵਾਂ ਭੈਣਾਂ ਬਿਹਤਰ ਜਾਣਦੀਆਂ, ਛਿਆਂ ਮਹੀਨਿਆਂ ਦਾ ਬੱਚਾ ਕਿਤਨਾ ਪਾਣੀ ਪੀ ਸਕਦਾ? ਦੋ ਉਂਗਲੀਆਂ ਪਾਣੀ ਡੋਬ ਕੇ ਬੱਚੇ ਦੇ ਮੂੰਹ 'ਚ ਰੱਖਦੀਆਂ, ਤਸ ਮੁੱਕ ਜਾਂਦੀ। ਫਰਮਾਇਆ ਮੈਂ ਨਾ ਦਾ ਦਰਿਆ ਮੇਰੀ ਮਾਂ ਦਾ ਹੱਕ ਮਾਰੇ, ਹੈਵਾਨ ਪੀਂਦੇ ਪਏ, ਇਨਸਾਨ ਪੀਂਦੇ ਪਏ, ਮੇਰੇ ਪੁੱਤਰ ਵਾਸਤੇ ਦੋ ਘੁੱਟ ਦਿਓ। ਇਹਨਾਂ ਲਾਂਤੀਆਂ ਆਖਿਆ ਪੀਵਣਾ ਆ ਪਈ, ਬਹਾਨਾ ਪੁੱਤਰ ਦਾ ਕਰਦਾ, ਅਗਰ ਤੇਰਾ ਪੁੱਤਰ ਮੰਗੇ ਮੈਂ ਸਦਕੇ ਜਾਵਾਂ, ਵੱਧ ਦੱਸਾਂ ਵਰਨਾ ਨਾ। ਇਹਨਾਂ ਦੇ ਜ਼ਿਹਨ 'ਚ ਆ ਛਿਆਂ ਮਹੀਨਿਆਂ ਦਾ ਬੱਚਾ ਕਦੇ ਬੋਲਿਆ? ਚਾਹੇ ਹੋਏ ਪੁੱਤਰ ਨੂੰ ਇਮਾਮ ਇੰਝ ਡਿੱਠਾ ਤਾਂ ਫਰਮਾਇਆ ਅਸਗਰ ਤੂੰ ਤਾਂ ਜਾਣਦਾ ਮੈਂ ਸੱਚੀ ਮਾਂ ਦਾ ਪੁੱਤਰ ਹਾਂ, ਮੇਰੀ ਸਦਾਕਤ ਦੀ ਗਵਾਹੀ ਦਿੰਦੇ ਅਸਗਰ ਦੇ ਲੱਭ ਹੱਲਣ, ਬਾਬਾ ਮੈਂ ਰਬਾਬ ਦਾ ਪੁੱਤਰ ਹਾਂ, ਅੰਬਿਆਵਾਂ ਦੀਆਂ ਸਫਾਂ ਲੱਗੀਆਂ ਹੋਈਆਂ, ਬਾਬਾ ਜੇ ਮੈਂ ਪਾਣੀ ਮੰਗਣਾ ਨਾ ਇੱਕ ਵਾਰੀ ਮੈਨੂੰ ਜ਼ਮੀਨ 'ਤੇ ਸਮਾ। ਮੇਰੇ ਪਾਸੇ ਵੇਖਿਆ ਜਿਤਨੇ ਮਾਤਮੀ ਬੈਠੇ ਹੋ, ਔਰ ਇਹ ਸਾਰੇ ਸ਼ੁਰਫਾ ਜਾਣਦੇ ਨੇ ਜਿਤਨੀਆਂ ਸ਼ਹਾਦਤਾਂ ਕਰਬਲਾ ਹੋਈਆਂ, ਕੁਝ ਦੁਪਹਿਰ ਤੋਂ ਬਾਹਲੇ ਹੋਈਆਂ, ਕੁਝ ਦੁਪਹਿਰ ਤੋਂ ਬਾਅਦ ਹੋਈਆਂ, ਮੁਕਾਣੀਆਂ ਉਹ ਅਲੀ ਅਸਗਰ ਦੀ ਉਹ ਸ਼ਹਾਦਤ ਏ ਜਿਹੜੀ ਐਨ ਦੁਪਹਿਰ ਦੇ ਟਾਈਮ ਹੋਈ, ਤਪਦਾ ਹੋਇਆ ਸੂਰਜ, ਤਪਦੀ ਹੋਈ ਰੇਤ, ਜ਼ਹਰਾ ਦੇ ਲਾਲ ਨੇ ਚਾਦਰ ਵਿਛਾਈ ਉੱਤੇ ਅਸਗਰ ਨੂੰ ਸਮਾਇਆ, ਅਸਗਰ ਤੜਪਿਆ, ਝੁੱਕ ਕੇ ਇਮਾਮ ਫਰਮਾਇਆ ਅਸਗਰ ਰੇਤ ਗਰਮ ਏ, ਰੋ ਕੇ ਆਦਾ ਬਾਬਾ ਅਕਬਰ ਦੀ ਮੌਤ ਤੋਂ ਚੋਖੀ ਨਹੀਂ। ਸੱਯਦ ਆਦਾ ਤੜਪਦਾ ਕਿਉਂ ਏ? ਰੋ ਕੇ ਆਦਾ ਵੇਖੇ ਨਾ ਅੰਬਿਆ ਖਲੋਤੇ, ਮੈਂ ਪਾਣੀ ਮੰਗਣਾ, ਮੇਰੇ ਥੱਲੋਂ ਚਾਦਰ ਕੱਢ, ਜ਼ਹਰਾ ਦੇ ਲਾਲ ਨੇ ਕੱਢੀ ਚਾਦਰ ਅਤੇ ਅਸਗਰ ਮੰਗਿਆ ਪਾਣੀ, ਇੰਜ ਪਾਣੀ ਮੰਗਿਆ, ਮੈਂ ਕੋਸ਼ਿਸ਼ ਕਰਨੀ ਹੈ ਇਬਾਦਤ ਸਾਰਿਆਂ ਦੀ ਹੋਏਗੀ, ਫਰ ਅਸਗਰ ਇੰਜ ਪਾਣੀ ਮੰਗਿਆ ਜੋ ਇਹਨਾਂ ਦੇ ਹੱਥਾਂ 'ਚੋਂ ਹਥਿਆਰ ਝੜ ਗਏ। ਇੱਕ ਬੈ ਤੋਂ ਡੇਖ ਕੇ ਆਦਿਨ, ਯਾਰ ਅਸੀਂ ਕੋਈ ਬਾਲਾਂ ਨਾਲ ਲੜਨ ਆਇਆ ਸੀ? ਅਸੀਂ ਐਡੇ ਬਗੈਰਤ ਆ, ਇਹਨਾਂ ਦੇ ਹੱਥਾਂ 'ਚੋਂ ਹਥਿਆਰ ਝੜ ਗਏ, ਗੋਡੀਆਂ ਜ਼ਮੀਨ 'ਤੇ ਹੈਵਾਨਾਂ ਦੀਆਂ ਆ ਲੱਗੀਆਂ, ਛੋਟੇ ਜੇ ਅਸਗਰ ਨੇ ਗਰਦਨ ਮੋੜੀ ਏ ਖੈਮਿਆਂ ਦੇ ਪਾਸੇ, ਰੋ ਕੇ ਪਿਆਦਾ ਅੰਮਾ ਹੁਣ ਰਾਜ਼ੀ ਏ, ਮੈਂ ਸਦਕੇ ਜਾਵਾਂ। ਇਹ ਹੁਰਮਿਲ ਮਲਾਉਣ ਨੂੰ ਸਦਿਆ ਨੇ ਅੱਲਾ, ਇਹਦੇ 'ਤੇ ਲਾਨਤ ਕਰੇ, ਇਹ ਅਰਬ ਦਾ ਤੀਰ ਅੰਦਾਜ਼ ਆ ਬਹੁ ਵੱਡਾ, ਇਹ 6 ਤੀਰ ਲੈ ਕੇ ਆਇਆ ਮੈਦਾਨੇ ਕਰਬਲਾ, ਇਸ ਨੂੰ ਸੱਦ ਕੇ ਇਹਨੂੰ ਆਖਿਆ ਨੇ ਮੂੰਹ ਮੰਗਾ ਇਨਾਮ ਲੈ, ਜਲਦੀ ਕਰ ਹੁਸੈਨ ਦੀ ਕਲਾਮ ਕਥਾ ਕਰ। ਆਗਾ ਨਸੀਮ ਬਾਦ ਸਾਹਿਬ ਦੀ ਸੱਤਰ, ਅੱਲਾ ਦਰਜਾਤ ਬੁਲੰਦ ਕਰਨੇ, ਉਹਨਾਂ ਪੜਿਆ ਇਸ ਕੁੱਤੇ ਆਖਿਆ ਹੁਸੈਨ ਦੀ ਕਲਾਮ ਕਥਾ ਕਰ, ਲਾਂਤੀ ਆ ਗਿਆ ਜ਼ਬਾਨ ਨਿੱਕੀ ਕਥਾ ਕਰਾਂ ਜਾਂ ਵੱਡੀ, ਲਾਂਤੀ ਆਖਿਆ ਜਿਹੜੀ ਹੁੰਦੀ ਆ ਕਰ ਦੇ। ਇਸ ਕੁੱਤੇ ਨੇ ਤੀਰ ਉਹ ਚਾਇਆ ਜਿਹੜਾ ਜੰਗਾਂ 'ਚ ਹੈਵਾਨਾਂ ਨੂੰ ਮਾਰੇ ਜਾਂਦੇ, ਇਸਨੇ ਤੀਰ ਚਾ ਕੇ ਕਮਾਨ 'ਚ ਰੱਖਿਆ, ਗੋਡੀ ਲਾ ਕੇ ਛਿੱਕ ਦਿੱਤਾ, ਇਹਦੀ ਤੀਰ ਝੜ ਪਿਆ, ਜਦੋਂ ਤੀਜੀ ਵਾਰੀ ਝੜਿਆ ਨਾ ਮੁਕਾਣੀਆਂ
ਤੇ ਉਹ ਇਹ ਪੈਰ ਦੀ ਠੋਕਰ ਮਾਰ ਕੇ ਆਉਂਦਾ, ਬਗੈਰਤਾ ਤੀਰ ਕਿਉਂ ਨਹੀਂ ਮਾਰਦਾ? ਇਹਦੇ ਪਾਸੇ ਵੇਖ ਕੇ ਆਉਂਦਾ, ਉਹ ਅੱਲਾਹ ਦੀ ਲਾਨਤ ਹੋ ਵੀ, ਲਾਨਤ ਉਹ ਆਈ ਜਿਹੜੀ ਤੇਥੇ ਵੀ ਆ ਗਈ ਅਤੇ ਮੈਥੇ ਵੀ ਆ ਗਈ, ਕੁੱਤਿਆ ਮੇਰੇ ਕੋਲ ਬਹੁ। ਇਹ ਬੈਠਾ ਤਾਂ ਇਸ਼ਾਰਾ ਕਰਕੇ ਆਉਂਦਾ, ਕੋਈ ਡਸੀਂਦੇ ਤਾਂ ਵੇਖ, ਉਹ ਜਿਹੜੀ ਕਾਲੀ ਕਨਾਤ ਹੈ ਨਾ, ਮੈਂ ਤੀਰ ਮਾਰਨ ਦਾ ਇਰਾਦਾ ਕਰਦਾ, ਅੱਲਾ ਜਾਣੇ ਇਹਦੀ ਮਾਂ ਏ ਜਾਂ ਇਹਦੀ ਭੈਣ ਏ, ਪਰਦਾ ਹਲਾ ਕੇ ਆ ਦੀਏ, ਗਿਆਲ ਨਾਲ ਮਾਰ ਮੇਰੀ ਝੋਲੀ ਦੀ ਰੌਣਕ ਹੈ। ਮੈਂ ਸਦਕੇ ਜਾਵਾਂ, ਹੁਣ ਰੋ ਪਿਆ, ਮੈਂ ਸਦਕੇ ਜਾਵਾਂ, ਹਾਏ ਕਰਨੀ। ਬੀਬੀ ਆਦੀ ਹੈ, ਹੋਸ਼ ਨਾਲ ਮਾਰ, ਹਯਾ ਕਰ, ਇਹ ਤਾਂ ਮਾਂ ਨੂੰ ਮਾਂ ਹੀ ਨਹੀਂ ਸਦ ਸੰਗਦਾ। ਇਸ ਕਮੀਨੇ ਨੇ ਗੈਰ ਡਿਵਾਈ, ਇਸ ਤ੍ਰੀਜੀ ਵੇਰੀ ਤੀਰ ਚਾਇਆ, ਇਹਦਾ ਤੀਰ ਚਾਵਣਾ ਖੈਮਿਆਂ 'ਚ ਮਾਂ ਡਿੱਠਾ। ਰਬਾਬ ਸੈਣ ਨੇ ਪੇਕਿਆਂ ਵਾਲਾ ਸੰਦੂਕ ਖੋਲਿਆ, ਵਿੱਚੋਂ ਪੇਕਿਆਂ ਵਾਲਾ ਤੀਰ ਕਮਾਨ ਕੱਢਿਆ। ਮੈਂ ਵਹਿਣ ਕਰਨ ਲੱਗਾ ਮੁਕਾਣੀ, ਉਹ ਤੀਰ ਕਮਾਨ ਰਬਾਬ ਕੱਢਿਆ, ਫਿਜ਼ਾ ਦੇ ਸਰ ਤੋਂ ਚਾਦਰ ਲੈ ਗਈ, ਭੱਜ ਪਈ ਫਿਜ਼ਾ ਦੌੜਦੀ ਪੀਏ ਅਤੇ ਰੋ ਰੋ ਕੇ ਪਿਆ ਦੀਏ, ਕਾਸ਼ ਮੈਂ ਇਹਨਾਂ ਦੁੱਖਾਂ ਤੋਂ ਪਹਿਲੇ ਮਰ ਗਈ ਹੋਵਾਂ, ਤੁਹਾਡੇ ਦੁੱਖ ਮੈਂ ਨਾ ਵੇਖਾਂ। ਦੌੜ ਕੇ ਅਲੀ ਦੀ ਧੀ ਦੇ ਕਦਮਾਂ 'ਤੇ ਆ ਛਣੀ ਹੈ, ਹੱਥ ਬੰਨ੍ਹ ਕੇ ਪਿਆ ਦੀਏ, ਜ਼ਹਰਾ ਦੀ ਧੀ ਮੁਸੱਲਾ ਛੋੜ ਭਰਜਾਈ ਜੰਗ 'ਤੇ ਤੁਲ ਗਈ ਹੈ। ਧੀ ਅਲੀ ਦੀ ਦੇ ਸਰ ਤੋਂ ਚਾਦਰ ਲੈ ਗਈ, ਉਬਾਲੇ ਅੰਦਾਜ਼ ਨਾਲ ਰਬਾਬ ਦੇ ਸਰ 'ਤੇ ਆਏ। ਫਰਮਾਇਆ, ਰਬਾਬ ਕੀ ਪੇ ਕਰਨੀ ਹੈ? ਸੈਂਸ ਵੇਖੋ ਨਾ ਸਾਹਮਣੇ, ਮੈਂ ਤੀਰ ਅੰਦਾਜ਼ਾਂ ਦੀ ਧੀ ਹਾਂ, ਮੈਂ ਜਾਣਦੀ ਹਾਂ ਇਸ ਜਿਹੜਾ ਤੀਰ ਮਾਰਨਾ, ਇਹ ਤੀਰ ਮੇਰੇ ਅਸਗਰ ਨੂੰ ਨਹੀਂ ਤੇਰੇ ਭਰਾ ਨੂੰ ਲੱਗਣਾ, ਮੈਂ ਇਹਨੂੰ ਜਵਾਬ ਦੇਣਾ। ਬੀਬੀ ਆਦੀਏ, ਏਡਾ ਮਾਣ ਹੈ, ਮੈਨੂੰ ਤਾਰਫ ਕਰਾ ਨਾ, ਤੂੰ ਕੌਣ ਹੈ? ਬੀਬੀ ਆਦੀਏ, ਮੈਂ ਇਮਰਾਉਲ ਕੈਸ ਦੀ ਧੀ ਹਾਂ। ਅਤੇ ਬੀਬੀ ਆਦੀਏ, ਮੇਰੇ ਪਾਸੇ ਦੇਖ ਅਤੇ ਦੱਸ ਮੈਂ ਕੌਣ ਹਾਂ? ਹੱਥ ਬੰਨ ਕੇ ਆਦੀਏ, ਤੂੰ ਤਾਂ ਹੈਦਰ ਕਰਾਰ ਦੀ ਧੀ ਹੈ, ਤੂੰ ਤਾਂ ਅੱਬਾਸ ਦੀ ਮੁਰਸ਼ਦ ਆਦੀ ਹੈ। ਉਸ ਵੇਲੇ ਮੇਰੀ ਸੈਣ ਇੰਜ ਕਰਕੇ ਰਬਾਬ ਨੂੰ ਗੱਲ ਆਇਆ, ਤੇ ਬੋਰੁੰਨੀ ਹੈ ਅਲੀ ਦੀ ਧੀ, ਰੋ ਰੋ ਕੇ ਪਈਆ ਦੀ ਹੈ, ਸਾਰਾ ਜਾਣਨੀ ਹੈ, ਮੇਰੀ ਗੱਲ ਸੁਣ। ਮਸਤੂਰ ਲੜੇ ਮੈਦਾਨ ਦੇ ਵਿੱਚ, ਤੇ ਜੇ ਉਹਦਾ ਹੁਕਮ ਖੁਦਾ ਦਾ, ਮੈਂ ਖਾਸ ਕਫੀਲਾ, ਹੈ ਗਾਜ਼ੀ ਦੀ ਰੰਗ ਬਦਲ ਦਿੰਦੀ ਸਹਿਰਾ ਦਾ। ਆਏ ਤਾਂ ਸਾਰੇ ਰੋਵਣ ਵਾਸਤੇ, ਉਹ ਮੇਰੀ ਸੈਣ ਭਰਜਾਈ ਨੂੰ ਗੱਲ ਆਇਆ, ਰੋ ਰੋ ਕੇ ਮੇਰੀ ਸੈਣ ਪਈਆ ਦੀ ਏ, ਇਸ 9 ਲੱਖ ਫੌਜ ਤੇ ਕਾਫੀ ਹਾ ਇੱਕ ਹਮਲਾ ਆਉਣ ਦੀ ਮਾਦਾ, ਉਹ ਮੈਨੂੰ ਚੁੱਪ ਸ਼ਬੀਰ ਦੀ। ਮੈਂ ਸਦਕੇ ਜਾਵਾਂ, ਸਦਕੇ ਜਾਵਾਂ, ਤਿਆਰੀ ਕਰਨੀ ਹੈ ਸਾਰਿਆਂ ਰੋਣ। ਮੈਂ ਸਦਕੇ ਜਾਵਾਂ, ਇਸ ਕਮੀਨੇ ਨੇ ਗੈਰਤ ਜਵਾਈ, ਇਸਨੇ ਤੀਰ ਮਾਰਿਆ ਹੈ, ਮਾਸੂਮ ਆਦਿਲ ਮੇਰੇ ਅਸਗਰ ਦਾ ਗਲਾ ਇੱਕ ਕੰਨ ਤੋਂ ਦੂਜੇ ਕੰਨ ਤੱਕ ਜ਼ਬਾ ਹੋਇਆ, ਕੁੱਠਾ ਹੋਇਆ ਪੁੱਤਰ ਮੇਰੇ ਇਮਾਮ ਇੰਜ ਕਰਕੇ ਚਾਹੇ, ਹਾਂ ਨਾ ਲਾਓ ਕੇ ਦਰਵਾਜ਼ੇ 'ਤੇ ਆ ਖਲੋਤੇ, ਸਾਹਮਣੇ ਮਾਂ ਆ ਗਈ। ਇਹ ਸਾਰੇ ਜਾਣਦੇ ਹੋ, ਛੋਟੇ ਬੱਚੇ ਜਿਸਲੇ ਮਾਵਾਂ ਤੋਂ ਕੁਛ ਦੇਰ ਵਾਸਤੇ ਦੂਰ ਹੋਵੇਂ, ਜਦੋਂ ਵਾਪਸ ਆਵੇਂ ਤੇ ਮਾਵਾਂ ਇੰਜ ਕਰਕੇ ਪੁੱਤਰਾਂ ਨੂੰ ਚਾਹੁੰਦੀਆਂ ਹਨ, ਮਿੰਬਰ ਦੀ ਕਸਮ ਹੈ ਰਬਾਬ ਇੰਜ ਚਾਹੇ, ਅਸਗਰ ਦੀ ਗਰਦਨ ਮਾਂ ਦੇ ਹੱਥ ਆ ਗਈ, ਰੋ ਰੋ ਕੇ ਪਈਆ ਦੀਏ, ਮਰ ਜਾਵਾਂ ਮੇਰਾ ਪੁੱਤਰ ਤਾਂ ਕਤਲ ਹੋ ਗਿਆ। ਮਾਤਮ ਕਰੀ ਅਸਗਰ ਦਾ, ਮਾਤਮ ਕਰੀ, ਮੈਂ ਸਦਕੇ ਜਾਵਾਂ, ਮੈਂ ਸਦਕੇ ਜਾ, ਨੌਕਰ ਖਲੋਤਾ ਤੁਹਾਡੀ ਨਸਲ ਦਾ ਨੌਕਰ ਹਾਂ, ਮੈਂ ਸਦਕੇ ਜਾਵਾਂ। ਰਬਾਬ ਰੁੰਨੀ ਹੈ, ਵਹਿਣ ਜੋ ਕੀਤਾ ਹੈ ਮੇਰੇ ਇਮਾਮ ਰਬਾਬ ਦਾ ਹੱਥ ਨਾ ਪਿਆ, ਰੋ ਰੋ ਕੇ ਇਮਾਮ ਪਿਆ ਦੇ ਨੇ, ਰਬਾਬ ਤੂੰ ਕੁਫ
ਬੇਗਾਨੀ ਹੈ ਜ਼ਰਾ ਪੁੱਤਰ ਨੂੰ ਰੋ ਝਲ ਝਲ ਕੇ ਓ ਏਸਾਨ ਕੀਤੇ ਨਿਵੇਂ ਬੈਰਾਈ ਵੋ ਖੜੀ ਰਹੀ ਹੈ ਦਰਵਾਜ਼ਾ ਮੈਂ ਸਦਕੇ ਜਾਵਾਂ ਮੇਰੇ ਪਾਸੇ ਵੇਖਿਆ ਮੈਂ ਇੱਕ ਵੈਣ ਕਰਨਾ ਹੈ ਮੁਕਾਣੀ ਮਾਤਮੀ ਆਓ ਮੇਰੇ ਸਰਦਾਰ ਫਰਮਾਇਆ ਰਬਾਬ ਜੀ ਸਰਦਾਰ ਫਰਮਾਇਆ ਪੁੱਤਰ ਏ ਤੇਰਾ ਵੀ ਪੁੱਤਰ ਏ ਮੇਰਾ ਵੀ ਪੁੱਤਰ ਏ ਦੋ ਕੰਮ ਕਰਨੇ ਮੌਲਾ ਸਵੇਰ ਦੀਆਂ ਲਾਸ਼ਾਂ ਚਾ ਚਾ ਥੱਕੋ ਏ ਜਿਹੜਾ ਔਖਾ ਕੰਮ ਹੀ ਮੈਨੂੰ ਦੇ ਫਰਮਾਇਆ ਔਖਾ ਕੰਮ ਏ ਤਲ ਕਬਰ ਬਣਾਉਣੀ ਹੱਥ ਬਣ ਕੇ ਆਦੀਏ ਕਬਰ ਨਾ ਬਣਾ ਤੂੰ ਪੁੱਤਰ ਚਾ ਤਲਵਾਰ ਮੈਨੂੰ ਦੇ ਮੈਂ ਕਬਰ ਬਣਾ ਦੇਵਾਂ ਸੈਯਦਾ ਦਿਲ ਨਾ ਬਣਾ ਤਾਰੀਖ ਚ ਆ ਜਾਏਗਾ ਏਡਾ ਗਰੀਬਾ ਮਾਵਾਂ ਤੋਂ ਪੁੱਤਰਾਂ ਦੀਆਂ ਕਬਰਾਂ ਬਣਵਾਈਆਂ ਸਦਕੇ ਜਾਵਾਂ ਸਦਕੇ ਜਾਵਾਂ ਤੇਰੀ ਹਾਇ ਤੋਂ ਸਦਕੇ ਜਾਵਾਂ ਮੈਂ ਕੁਰਬਾਨ ਮੇਰੇ ਬਿਸਮਿਲ੍ਲਾ ਕਰਾਂ ਮੁੱਕਣੀਆਂ ਮੇਰੀ ਸਹਿਣ ਫਰਮਾਇਆ ਮੌਲਾ ਜਿਵੇਂ ਹੁਕਮ ਫਰਮਾਇਆ ਤੂੰ ਪੁੱਤਰ ਚਾ ਮੈਂ ਕਬਰ ਬਣਾਵਾਂ ਮੇਰੀ ਸੈਣ ਪੁੱਤਰ ਨੂੰ ਚਾਹ ਕੇ ਹਾਨ ਨਾਲ ਚੱਲ ਆਇਆ ਇਮਾਮ ਤਲਵਾਰ ਬੇਨਿਆਮ ਕੀਤੀ ਤਲਵਾਰ ਦੌੜੇ ਕੇ ਫਰਮਾਇਆ ਨੇ ਤਲਵਾਰ ਮੇਰੀਆਂ ਕਬਰਾਂ ਬਣਾ ਬਣਾ ਲਾ ਕੋਈ ਨਹੀਂ ਮੈਨੂੰ ਪੁੱਤਰ ਦੀ ਕਬਰ ਬਣਾ ਦੇ ਕਬਰ ਪੈ ਬਣਾਉਂਦੇ ਨੇ ਆਸਮਾਨ ਦੇ ਦਰਿੰਚੇ ਖੁੱਲ੍ਹੇ ਨੇ ਜਬਰੀਲ ਵੇਖਿਆ ਦੇ ਮੌਲਾ ਮੈਂ ਭੁੱਲਦਾ ਜਾ ਉਹ ਹੁਸੈਨ ਏ ਜਿਹਦੇ ਮੈਂ ਪੀਂਘੇ ਝੁਲਾਏ ਫਰਮਾਇਆ ਉਹ ਹੁਸੈਨ ਨੇ ਮਾਲਕ ਇਜਾਜ਼ਤ ਦੇ ਮੇਰੇ ਉਸਤਾਦ ਦਾ ਪੁੱਤਰ ਏ ਮੈਂ ਕਬਰ ਬਣਾ ਕੇ ਦੇ ਆਵਾਂ ਵਨ ਜਬਰੀਲ ਅਗਰ ਬਣਾਵਣ ਦਿੰਦੇ ਜਿਹਨਾਂ ਦੀ ਤਵੱਜੋ ਮੇਰੇ ਪਾਸੇ ਤੇਰਾ ਮਾਤਮ ਹੋ ਜਾਏਗਾ ਜਬਰੀਲ ਜਨਾਬ ਅਬਾਸ ਦੀ ਸ਼ਕਲ ਬਣਾਈ ਹੈ ਇਮਾਮ ਦੇ ਹੱਥ ਯਾਤਰਾ ਕਿਹਾ ਦੇ ਪਿੱਛੇ ਹੋ ਜਾ ਪੁੱਤਰਾਂ ਦੀਆਂ ਕਬਰਾਂ ਨਹੀਂ ਬਣਾਈ ਦੀਆਂ ਉਸ ਵੇਲੇ ਇਮਾਮ ਫਰਮਾਇਆ ਜਬਰੀਲ ਸ਼ਕਲ ਵਟਾ ਮਤਾ ਮੇਰੀ ਜ਼ੈਨਬ ਬਹਿ ਸਦਕੇ ਜਾਵਾਂ ਸ਼ਕਲ ਵਟਾ ਮਤਾ ਮੇਰੀ ਸਕੀਨਾ ਬਹਿਰਾਵੇ ਮੁਕਾਣੀਆ ਉਹ ਕਬਰ ਬਣ ਗਈ ਛੋਟਾ ਜਿਹਾ ਪੁੱਤਰ ਚਾਇਆ ਮੇਰੇ ਇਮਾਮ ਇੰਜ ਕਰਕੇ ਕਬਰ 'ਚ ਲਹਾਇਆ ਇੱਕ ਪਾਸੇ ਮਾਂ ਬਹਿ ਗਈ ਅਤੇ ਇੱਕ ਪਾਸੇ ਪਿਉ ਬਹਿ ਗਿਆ ਛਬੀ ਤਿਆਰ ਹੈ ਜੀ ਮੈਂ ਵੈਣ ਕਰਨਾ ਤੁਸੀਂ ਲੈ ਆਉਣੀ ਹੈ ਛਬੀ ਮੇਰੇ ਪਾਸੇ ਵੇਖਿਆ ਮੁਕਾਣੀਆ ਉਹ ਇੱਕ ਪਾਸੇ ਮਾਂ ਇੱਕ ਪਾਸੇ ਪਿਉ ਮਿੱਟੀ ਪਾਵਣ ਲੱਗ ਪਏ ਜਾਨੂਆ ਤੱਕ ਰੇਤ ਆਈ ਸ਼ਿਕਮ ਤੇਰੇ ਤਾਈ ਸੀਨੇ ਤੇਰੇ ਤਾਈ ਮਿੰਬਰ ਦੀ ਕਸਮ ਏ ਜਿਸਲੇ ਮੂੰਹ ਦੀ ਵਾਰੀ ਆਈ ਏ ਮਾਂ ਕੰਡ ਕਰਕੇ ਟੁਰ ਪਈ ਏ ਸੈਯਦਾ ਦੇ ਕਿਵੇਂ ਨਹੀਂ ਏ ਰੋ ਕੇ ਆਦੀਏ ਮੌਲਾ ਮੇਰਾ ਨਾਜ਼ਕ ਮਿਜ਼ਾਜ ਪੁੱਤਰ ਏ ਓ ਮੈਂ ਪੁੱਤਰ ਤੇ ਕਲਪੀ ਵੇਰ ਮਿੱਟੀ ਪਾਵਾਂ ਰੁੱਲੀਏ ਬੀਬੀ ਤਵੈਣ ਕੀਤਾ ਮੇਰੀ ਸੈਣ ਅਸਗਰ ਨੂੰ ਦੇ ਕੇ ਉਹ ਸੁਣਾਵਣਾ ਚਾਹਨਾ ਮਾਤਮੀਆਂ ਨੂੰ ਲੈ ਆਓ ਛਬੀ ਸਰਕਾਰ ਦੇ ਸਾਹਮਣੇ ਮੇਰੀ ਸੈਣ ਪੁੱਤਰ ਦਾ ਚਿਹਰਾ ਡਿੱਠਾ ਕਬਰੇ 'ਚ ਇੱਕ ਵੈਣ ਕੀਤਾ ਮੇਰੀ ਸੈਣ ਇੰਝ ਕਰਕੇ ਬਾਈ ਦਰਾਜ਼ਾਂ ਕੀਤੀਆਂ ਰੋ ਰੋ ਕੇ ਪਈ ਆਦੀਏ ਆ ਜਾ ਵੇ ਲਾਲ ਅਸਗਰ ਆ ਜਾ ਵੇ ਲਾਲ ਅਸਗਰ ਜੁਲਾ ਤੇਰਾ ਜੁਲਾਵਾ ਕਿਉਂ ਰੁੱਸ ਗਿਆ ਏ ਮਾਂ ਤੂੰ ਆ ਜਾ ਮੈਂ ਵਾਰੀ ਜਾਵਾਂ ਆ ਜਾ ਵੇ ਲਾਲ ਅਸਗਰ ਆ ਜਾ ਵੇ ਲਾਲ ਅਸਗਰ ਰੁੱਲੀਏ ਬੀਬੀ ਤੇਰੋ ਕੇ ਪਿਆ ਦੀਏ ਪਿਆ ਤਾਰਾ ਫਜਾਰ ਦਾ ਚੜਸੀ ਅਸਗਰ ਤੇ ਪੈ ਮੁਰਗ ਬੁਲੇ ਸਨ ਬੋਲੀ ਮਹਮੂਲ ਮੁਤਾਬਿਕ
ਪੁੱਤਰਾ ਕੋ ਪਿਆ ਮਾਵਾ ਦੇ ਸਨ ਮਾਤਮ ਹੁਸੈਨ ਹੈ ਕਬਰ ਮੇਰੇ ਚਾਂਦ ਕੋ ਲੋਰੀ ਵੀ ਸੁਨਾਨਾ 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 ਹੈ ਕਬਰ ਮੇਰੇ ਚਾਂਦ ਦਾ ਚੜਸੀ ਅਸਗਰ ਤੇ ਪੈ ਮੁਰਗ ਬੁਲੇ ਸਨ ਬੋਲੀ ਮਹਮੂਲ ਮੁਤਾਬਿਕ ਪੁੱਤਰਾ ਕੋ ਪਿਆ ਮਾਵਾ ਦੇ ਸਨ ਮਾਤਮ ਹੁਸੈਨ ਹੈ ਕਬਰ ਮੇਰੇ ਚਾਂਦ ਕੋ ਲੋਰੀ ਵੀ ਸੁਨਾਨਾ 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 ਹੈ ਕਬਰ ਮੇਰੇ ਚਾਂਦ ਬੇਟਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬੇਟਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ
ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ 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 ਬਾਬਾ ਮੈਂ ਰੁੱਲ ਗਈਆਂ ਇੰਜ ਲੱਤੇ ਹੋਏ ਗੁਰ ਮੇਰੇ ਇੰਜ ਲੱਤੇ ਹੋਏ ਗੁਰ ਮੇਰੇ ਤੇ ਕਰੋਣਾ ਭੁੱਲ ਗਈਆਂ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ 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 ਬਾਬਾ ਮੈਂ ਰੁੱਲ
ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਬਾਬਾ ਮੈਂ ਖੁਸ਼ਾਮਦ ਲੋਕਾਂ ਨੇ ਤੇਰੇ ਬਾਦ ਕੰਨੀ ਦੇ ਵਿੱਚ ਮੰਗਿਆ ਬਾਬਾ ਮੈਂ ਖੁਸ਼ਾਮਦ ਲੋਕਾਂ ਨੇ ਤੇਰੇ ਬਾਦ ਕੰਨੀ ਦੇ ਵਿੱਚ ਮੰਗਿਆ ਮੈਂ ਗੈਰਤ ਸੈਯਦਾਂ ਦੀ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ ਸੀਨਾ ਨਹੀਂ ਲੱਭਦਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ 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 ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਜਦਾ ਗੱਲ ਤੇਰੇ ਦਰਬਾਰ ਚਲਿਆ ਮੈਂ ਕੋਲ ਕਲੋ ਕੇ ਡੇਰੀ ਰਹੀ ਨਹੀਂ ਮਿਲਿਆ ਸਰ ਤੇਰਾ ਨਹੀਂ ਮਿਲਿਆ ਸਰ ਤੇਰਾ ਤਰਲੇ ਕਰਦੀ ਗਈਆਂ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਤੇਰਾ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ 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 ਤੇਰਾ ਸੀਨਾ
ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ 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 ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਸੀਨਾ ਨਹੀਂ ਲੱਭਦਾ ਬਾਬਾ ਮੈਂ ਰੁੱਲ ਗਈਆਂ ਤੇਰਾ 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 ਸੀਨਾ